ਫੇਸਬੁੱਕ ਤੇ ਬਣੇ ਐਂਟਰਟੇਨਮੈਂਟ ਪੇਜ ਟ੍ਰੋਲ ਪੰਜਾਬੀ ਅੱਜਕੱਲ ਨੌਜਵਾਨ ਵਰਗ ਦੇ ਵਿੱਚ ਖਾਸੀ ਪ੍ਰਸਿੱਧੀ ਹਾਸਲ ਕਰ ਰਿਹਾ। ਸਾਲ 2012 ਦੇ ਵਿੱਚ ਬਣਾਏ ਗਏ ਇਸ ਪੇਜ ਨੂੰ ਜਿੱਥੇ ਨੌਜਵਾਨ ਵਰਗ ਖਾਸਾ ਪਸੰਦ ਕਰ ਰਿਹਾ, ਉੱਥੇ ਕਮੇਡੀਅਨ ਵੀ ਇਸ ਪੇਜ ਤੇ ਖਾਸੇ ਪ੍ਰਸ਼ੰਸਕ ਨੇ। ਵਕਤ ਦੇ ਨਾਲ ਨਾਲ ਮਨੋਰੰਜਨ ਦੇ ਸਾਧਨਾਂ ਦੇ ਵਿੱਚ ਵੀ ਕਾਫੀ ਬਦਲਾ ਆਇਆ। ਜਿੱਥੇ ਪਹਿਲਾਂ ਨੁੱਕੜ ਨਾਟਕ ਅਤੇ ਮੇਲਿਆਂ ਨੂੰ ਦਿਲ ਪਰਚਾਵੇ ਦਾ ਸਾਧਨ ਮੰਨਿਆ ਜਾਂਦਾ ਸੀ, ਉੱਥੇ ਹੀ ਫਿਰ ਟੀਵੀ ਵਰਗੇ ਮਨੋਰੰਜਨ ਦੇ ਸਾਧਨ ਆ ਗਏ। ਜੇਕਰ ਅਜੋਕੇ ਦੌਰ ਦੀ ਗੱਲ ਕਰੀਏ ਤਾਂ ਹੁਣ ਇੰਟਰਨੈਟ ਦਾ ਯੁੱਗ ਹੈ। ਇੰਟਰਨੈਟ ਨੂੰ ਦਿਲ ਪਰਚਾਵੇ ਦਾ ਸਭ ਤੋਂ ਵੱਡਾ ਜ਼ਰੀਆ ਮੰਨਿਆ ਜਾਂਦਾ ਹੈ। ਫੇਸਬੁੱਕ ਦੇ ਇਸ ਦੌਰ ਦੇ ਵਿੱਚ ਨੌਜਵਾਨ ਵਰਗ ਦੀ ਸਭ ਤੋਂ ਪਹਿਲੀ ਪਸੰਦ ਹੈ ਅਤੇ ਫੇਸਬੁੱਕ ਤੇ ਬਣੇ ਐਂਟਰਟੇਨਮੈਂਟ ਪੇਜ ਟ੍ਰੋਲ ਪੰਜਾਬੀ ਦੀ ਗੱਲ ਕਰੀਏ ਤਾਂ ਇਸ ਪੇਜ ਤੇ 4 ਲੱਖ ਦੇ ਕਰੀਬ ਲਾਈਕ ਨੇ ਅਤੇ ਨੌਜਵਾਨਾਂ ਸਮੇਤ ਦਿੱਗਜ ਕਲਾਕਾਰ ਵੀ ਇਸ ਦੇ ਪੱਕੇ ਫੈਨ ਨੇ। ਮੈਨੂੰ ਬੜਾ ਵਧੀਆ ਲੱਗਿਆ, ਟ੍ਰੋਲ ਪੰਜਾਬੀ ਵਾਲਿਆਂ ਨੇ ਮੇਰਾ ਇੱਕ ਜੈਸਚਰ ਯੂਜ਼ ਕੀਤਾ ਜਿਹੜਾ ਮੈਂ ਕੈਰੀ ਔਨ ਜੱਟਾਂ 'ਚ ਕੀਤਾ ਸੀ ਆਹ ਵਾਲਾ, ਨਹੀਂ ਤਾਂ ਲੋਕਾਂ ਦੇ ਡਾਇਲੋਗ ਮਸ਼ਹੂਰ ਹੁੰਦੇ ਨੇ ਪਰ ਟ੍ਰੋਲ ਪੰਜਾਬੀ ਨੇ ਮੇਰਾ ਆਹ ਮਸ਼ਹੂਰ ਕੀਤਾ ਤਾਂ ਮੈਨੂੰ ਬੜਾ ਵਧੀਆ ਲੱਗਿਆ ਕਿਉਂਕਿ ਇਹ ਜੈਸਚਰ ਉਹਨਾਂ ਨੇ ਤਮਾਮ ਦੁਨੀਆ ਦੇ ਵਿੱਚ ਫੈਲਾਤਾ। ਹੁਣ ਇਹਦੇ ਨਾਂ ਦੇ ਉੱਤੇ ਪੇਜ ਬਣੇ ਹੋਏ ਨੇ ਟ੍ਰੋਲ ਪੰਜਾਬੀ ਵਾਲਿਆਂ ਨੇ, ਬੜਾ ਵੱਡਾ ਮੇਰੇ 'ਤੇ ਜਾਣੀ ਦੀ ਅਹਿਸਾਨ ਕੀਤਾ ਐਂ ਲਾ ਲਓ, ਕਿਉਂਕਿ ਉਹਦੇ ਨਾਲ ਮੈਂ ਹੋਰ ਆਡੀਅੰਸ ਤੱਕ ਪਹੁੰਚ ਸਕਿਆ ਜੀ ਇਹਦੇ ਥਰੂ, ਅਤੇ ਮੈਂ ਥੈਂਕਸ ਕਰਦਾ ਰੌਬੀ ਵੀਰ ਦਾ, ਰੌਬੀ ਉਹਨੂੰ ਚਲਾਉਣ ਵਾਲਾ ਜਿਹੜਾ ਜਿਹਦਾ ਪੇਜ ਹੈ ਇਹ ਟ੍ਰੋਲ ਪੰਜਾਬੀ ਜਿਹਨਾਂ ਨੇ ਰਨ ਕੀਤਾ ਹੈ, ਥੈਂਕਸ ਟੂ ਹਿਮ ਐਂਡ ਲਵ ਯੂ ਆਲ, ਥੈਂਕ ਯੂ ਸੋ ਮਚ। ਟ੍ਰੋਲ ਪੰਜਾਬੀ ਫੇਸਬੁੱਕ 'ਤੇ ਮਿਸਟਰ ਰੈਬੀ ਚਵਾਣਾ ਦਾ ਜੋ ਪੇਜ ਬਣਿਆ ਤੁਸੀਂ ਸਾਰੇ ਬਾਖੂਬੀ ਉਸ ਤੋਂ ਭਲੀ ਭਾਂਤੀ ਜਾਣਦੇ ਹੋ। ਮੈਂ ਅਕਸਰ ਉਸਨੂੰ ਦੇਖਦਾ ਰਹਿਣਾ, ਇੰਜੋਏ ਕਰਦਾ ਰਹਿਣਾ, ਅੱਛਾ ਲੱਗਦਾ ਕਿ ਕੋਈ ਤੁਹਾਡੇ ਬਾਰੇ, ਤੁਹਾਡੇ ਗੈਸਚਰਸ, ਤੁਹਾਡੇ ਪੋਸਚਰਸ, ਤੁਹਾਡੇ ਸਟਾਈਲ ਨੂੰ ਅਸਟੈਬਲਿਸ਼ ਕਰਦਾ। ਔਰ ਮੈਕਸੀਮਮ ਕੈਰੀ ਔਨ ਜੱਟਾ ਦੇ ਜਿੰਨੇ ਸੀਨ ਸੀ, ਜਿੰਨੇ ਡਾਇਲੋਗ ਸੀ, ਉਹ ਅੱਛੇ ਟ੍ਰੋਲ ਦੇ ਵਿੱਚ ਪਾ ਕੇ ਉਹਨਾਂ ਨੇ ਲੋਕਾਂ ਨੂੰ ਖੂਬ ਹਸਾਇਆ। ਤੇ ਜੇਕਰ ਗੱਲ ਇਸ ਪੇਜ ਦੇ ਨਿਰਮਾਤਾ ਦੀ ਕਰੀਏ ਤਾਂ ਮਲੇਰਕੋਟਲਾ ਦੇ ਰੈਬੀ ਟਿਵਾਣਾ ਨਾਮ ਦੇ ਨੌਜਵਾਨ ਨੇ ਸਾਲ 2012 ਦੇ ਵਿੱਚ ਇਸ ਪੇਜ ਦਾ ਨਿਰਮਾਣ ਕੀਤਾ ਸੀ ਅਤੇ ਵੇਖਦੇ ਹੀ ਵੇਖਦੇ ਇਹ ਪੇਜ ਨੌਜਵਾਨਾਂ ਦੇ ਵਿੱਚ ਖਾਸ ਲੋਕਪ੍ਰਿਯ ਹੋ ਗਿਆ। ਮੇਰਾ ਨਾਮ ਰੈਬੀ ਟਿਵਾਣਾ ਜੀ ਅਤੇ ਮੈਂ ਮਲੇਰਕੋਟਲੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਇਹ ਟ੍ਰੋਲ ਪੰਜਾਬੀ ਪੇਜ 29 ਮਾਰਚ 2012 ਨੂੰ ਬਣਾਇਆ ਸੀ ਅਤੇ ਮੇਰਾ ਮੇਨ ਮਕਸਦ ਇਹ ਪੇਜ ਬਣਾਉਣ 'ਤੇ ਇਹੀ ਸੀਗਾ ਵੀ ਆਪਾਂ ਇੰਨੀ ਸਟ੍ਰੈਸਫੁੱਲ ਲਾਈਫ ਆ ਅਤੇ ਲੋਕ ਮਤਲਬ ਹੱਸ ਸਕਣ ਆਪਣੇ ਇੰਨੇ ਮਤਲਬ ਕਿ ਸਟ੍ਰੈਸ ਭਰੀ ਲਾਈਫ 'ਚ ਦੋ ਘੜੀ ਹੱਸ ਸਕਣ ਅਤੇ ਵਧੀਆ ਮੇਰੇ ਫੈਨ ਫੋਲੋਇੰਗ ਆ ਅਤੇ 3 ਲੱਖ ਆਲਮੋਸਟ 60,000 ਲਾਈਕ ਹੋ ਚੁੱਕੇ ਨੇ ਇਸ ਪੇਜ ਦੇ। ਇਹਨੇ ਟ੍ਰੋਲ ਪੰਜਾਬੀ ਪੇਜ ਚਲਾਇਆ ਜਿਹੜਾ ਕਿ ਬਹੁਤ ਹੀ ਪੇਜ ਆ ਜਿਹੜਾ ਮਕਬੂਲ ਹੋਇਆ ਇਹਦਾ ਵਰਲਡ ਲੈਵਲ 'ਤੇ, ਬਾਹਰਲੇ ਮੁਲਕਾਂ 'ਤੇ ਕਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਜਦੋਂ ਮੈਸੇਜ ਇਹਨੂੰ ਆਉਂਦੇ ਨੇ ਬਹੁਤ ਬਹੁਤ ਚੰਗੇ ਵੀ ਸਾਨੂੰ ਜਿਹੜਾ ਤੁਸੀਂ ਬੋਰ ਲਾਈਫ ਆ ਜਿਹੜੀ ਉਹ ਅਸੀਂ ਜਦੋਂ ਇਹ ਪੇਜ ਦੇਖਦੇ ਹਾਂ ਸਾਨੂੰ ਬੜਾ ਸਕੂਨ ਮਿਲਦਾ। ਮਲੇਰਕੋਟਲਾ ਤੋਂ ਸੁੱਖਾ ਖੇੜੀਵਾਲਾ ਦੀ ਰਿਪੋਰਟ, ਫਾਸਟ ਵੇ ਨਿਊਜ਼।